ਨਹੀਂ ਸਕਦਾ। ਜਿੱਦਣ ਤੁਹਾਡਾ ਵੀ ਰੋਮ ਰੋਮ ਵਾਰੀ ਵਾਹਿਗੁਰੂ ਅੰਦਰੋਂ ਨਿਕਲਿਆ, ਇੱਕ ਵਾਰੀ ਵਾਹਿਗੁਰੂ ਕਹਿਣ ਦਾ 7 ਕਰੋੜ ਵਾਰੀ ਵਾਹਿਗੁਰੂ ਕਹਿਣ ਦਾ ਮਾਤਮ ਵਾਲਾ ਜੀ ਮਰਦਾਨਿਆ ਲੈ ਜਾ ਬਿਰਤੀ ਸ੍ਰਿਸ਼ਟੀ ਜਾਵ ਜਿਹਦੇ ਕੰਨ ਚ ਕਹਿ ਦੇ ਕਹੋ ਵਾਹਿਗੁਰੂ। ਉਹ ਕਹਿਣ ਦੀ ਦੇਰ ਸੀ, ਸਮਾਧੀ ਲੱਗ ਗਈ, ਧਿਆਨ ਲੱਗ ਗਿਆ, ਮਨ ਜੁੜ ਗਿਆ। ਜਦੋਂ ਅੱਖ ਖੁੱਲੀ ਮਹਾਰਾਜ ਕਹਿੰਦੇ ਜਿਹੜੇ ਹੀਰੇ ਲਿਆਈ ਹੈ ਨਾ ਮੋਤੀ ਥਾਲੀ ਚ, ਇਹ ਪਾਪ ਦੇ ਹੀਰੇ ਵਾਪਸ ਲੈ ਜਾ। ਕਿੰਤੂ ਨਹੀਂ ਕੀਤਾ, ਕਿਉਂਕਿ ਹੁਣ ਅੱਜ ਤੋਂ ਤੇਰੀ ਮੱਤ, 7 ਬਚਨ ਮਹਾਰਾਜ ਕੋਈ ਛਕੋਗੇ ਲਿਆਵਾਂ। ਸਤਿਗੁਰੂ ਕਹਿੰਦੇ ਤੇਰੇ ਘਰ ਵਿੱਚ ਜੋ ਹੈ ਪਾਪ ਦਾ ਹੀ ਏ, ਛਕਾਉਣਾ ਹੀ ਤੇ ਹੱਥੀ ਕਿਰਤ ਕਰਕੇ ਛਕਾ। ਉਹ ਨੂਰ ਸ਼ਾਹ ਜਿਹੜੀ ਲੋਕਾਂ ਦੇ ਇਲਮ ਚਲਾਉਂਦੀ ਸੀ ਸਾਧ ਸੰਗਤ ਜੀ, ਬਾਜ਼ਾਰ ਗਈ ਹੱਥੀ ਮਜ਼ਦੂਰੀ ਕੀਤੀ। ਭਾਈ ਵੀਰ ਸਿੰਘ ਨੇ ਲਿਖਿਆ ਦੋ ਆਨੇ ਕਮਾਏ, ਦੋ ਆਨੇ ਹੱਥ ਸਾਧ ਹੱਥੀ ਕੰਮ ਕਰਕੇ ਨਾ, ਟੋਕਰੀ ਢੋ ਕੇ ਜਾਂ ਕੁਝ ਹੋਰ, ਹੱਥੀ ਕੰਮ ਕਰਕੇ ਦੋ ਆਨੇ ਕਮਾਏ। ਦੋ ਆਨਿਆਂ ਨੇ ਚਾਵਲ ਚਾਵਲ ਲਿਖੇ ਆ ਤੇ ਦਾਲ ਲਿਆਈ, ਉਦੋਂ ਦੋ ਆਨੇ ਬਹੁਤ ਸੀ। ਚਾਵਲ ਦਾਲ ਲਿਆ ਕੇ ਬਣਾਈ, ਬਣਾ ਕੇ ਜਦੋਂ ਗੁਰੂ ਨਾਨਕ ਸਾਹਿਬ ਦੇ ਕੋਲ ਖੜੀ ਜਿੱਥੇ ਮਹਾਰਾਜ ਬੈਠੇ ਸੀ, ਮਹਾਰਾਜ ਛਕੋ ਇਹ ਮੇਰੀ ਕਿਰਤ ਦੀ ਹੈ, ਇਹ ਮੈਂ ਹੱਥੀ ਕਮਾਈ ਕਰਕੇ ਲਿਆਈ, ਹੱਥੀ ਕਿਰਤ ਕਰਕੇ, ਇਹ ਦੂਜਾ ਨਹੀਂ ਪਾਪ ਵਾਲਾ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਕਮੀ ਅਜੇ ਵੀ ਹੈ ਯੋਗੀ, ਕਹਿੰਦੇ ਚਾਵਲ ਦਾਲ ਵਾਪਸ ਲੈ ਜਾ, ਤੇਰੇ ਘਰ ਜਿੰਨੇ ਜੀ ਜੰਤ ਤੜਫ ਰਹੇ ਨੇ ਪਹਿਲੇ ਸਾਰਿਆਂ ਨੂੰ ਆਜ਼ਾਦ ਕਰ ਦੇ। ਆ ਸਾਡਾ ਗੁਰੂ ਨਾਨਕ ਕਹਿੰਦੇ ਘਰ ਗਈ ਸਭ ਨੂੰ ਆਜ਼ਾਦ ਕਰਕੇ ਕੀ ਆਖਿਆ, ਆਓ ਤੁਹਾਨੂੰ ਅੱਜ ਰੱਬ ਦੇ ਦਰਸ਼ਨ ਕਰਾਵਾਂ। ਉਹਨਾਂ ਸਾਰਿਆਂ ਨੂੰ ਲੈ ਕੇ ਗੁਰੂ ਨਾਨਕ ਮਹਾਰਾਜ ਜਦੋਂ ਲੈ ਕੇ ਆਈ, ਮਹਾਰਾਜ ਕਹਿੰਦੇ ਹੁਣ ਚਾਵਲ ਦਾਲ ਵੀ ਲੈ ਕੇ ਆ, ਹੱਥ ਸਾਥ ਉਹ ਵੀ ਲਿਆਈ। ਆ ਤੁਹਾਡਾ ਗੁਰੂ ਨਾਨਕ ਮਹਾਰਾਜ ਨੇ ਉਹ ਚਾਵਲ ਤੇ ਦਾਲ ਮਿਕਸ ਕਰਦੇ ਰਲਾ ਤੇ, ਤੇ ਰਲਾਉਣ ਤੋਂ ਬਾਅਦ ਇਹਨੇ ਆਪਣੀ ਤਲੀ ਤੇ ਰੱਖ ਕੇ, ਮਰਦਾਨੇ ਦੀ ਤਲੀ ਤੇ ਰੱਖ ਕੇ ਜਿੰਨੇ ਜੀ ਜੰਤ ਰਿਹਾ ਕਰਕੇ ਲਿਆਈ ਸੀ ਸਾਰਿਆਂ ਦੇ ਮੁੱਖ ਲਵਾਏ। ਇਹ ਸਾਰੇ ਜੁੜ ਜਾਣ ਆਖੋ ਸਾਧਨਾ, ਇਹ ਸਾਰੇ ਜੁੜ ਜਾਣ। ਉਹ ਨੂਰ ਸ਼ਾਹ ਨੂੰ ਵੀ ਦਿੱਤੇ, ਸਾਰਿਆਂ ਨੂੰ ਦਿੱਤੇ, ਸਾਰਿਆਂ ਦੇ ਮੁੱਖ ਨੂੰ ਲਵਾਇਓ ਦਾਲ ਤੇ ਚਾਵਲ। ਆ ਇੱਕ ਮਿੰਟ ਨਾਲ ਨਾਲ ਪੜ੍ਹ ਲਓ, ਬਸ 2 ਮਿੰਟ। ਜਿਹਨੂੰ ਕਹਿੰਦੇ ਵੀ ਅਖੀਰ ਤੇ ਕੀ ਹੋਇਆ, ਬਹੁਤ ਪਿਆਰ ਨਾਲ ਸੌਖੀ ਨਹੀਂ ਗੁਰੂ ਦੀ ਮੱਤ ਫੜਨੀ,
ਜਿਹੜਾ ਅਖੀਰ ਤੇ ਕੀ ਹੋਇਆ ਨਾ ਕਹਿੰਦੇ ਨਾ ਸੀਰੀਅਲ ਦਾ ਐਂਡ ਸੁਣ ਕੇ ਹੈਰਾਨ ਹੋ ਜਾਓ ਪਰ ਜਦੋਂ ਇਹ ਮਨ ਵਿਕ ਜੇ ਕਿਰਪਾ ਹੋ ਜਾਵੇ ਇੱਕ ਵਾਰੀ ਪੜਿਓ ਜੀ ਨਾਲ ਸਾਰਿਆਂ ਦੇ ਦਾਲ ਚਾਵਲ ਮਹਾਰਾਜ ਮੁੱਖ ਨੂੰ ਲਵਾਏ ਉਹਦੇ ਵੀ ਆਪ ਵੀ ਮਰਦਾਨਾ ਜੀ ਮਹਾਰਾਜ ਹੁਣ ਅਗਲਾ ਕੀ ਹੁਕਮ ਹੈ ਮਹਾਰਾਜ ਕਹਿੰਦੇ ਪਹਿਲਾ ਹੁਕਮ ਇੰਜ ਕਿਰਤ ਚੋ ਛੱਤਣਾ ਹੈ ਆਖੋ ਸਾਧਨਾ ਇਹ ਪ੍ਰੇਰਨਾ ਲਿਓ ਭਾਈ ਮਹਾਰਾਜ ਜੀ ਹੁਣ ਕੀ ਕਰਾਂ ਇਹ ਮੈਂ ਬੜਾ ਆਰਾਮ ਹੋਇਆ ਜੀ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਹੁਣ ਅਗਲਾ ਕੰਮ ਕਰ ਘਰ ਦੇ ਬੂਹੇ ਸਾਰੇ ਖੋਲ ਦੇ ਖੋਲ ਕੇ ਪਤਾ ਕੀ ਬੋਲ ਬਾਜ਼ਾਰ 'ਚ ਜਾ ਕੇ ਬਾਜ਼ਾਰ 'ਚ ਜਾ ਕੇ ਕਹਿ ਜਿਹੜਾ ਮੇਰਾ ਘਰ ਲੁੱਟ ਸਕਦਾ ਲੁੱਟ ਲਓ ਆਹ ਬੜਾ ਔਖਾ ਜੀ ਕਮਾਈ ਗਲਤ ਸੀ ਨਾ ਗਲਤ ਚੀਜ਼ਾਂ ਨਾਲ ਮਹਾਰਾਜ ਦਾ ਮਨ ਸੀ ਹੁਣ ਨਰਕ ਨਿਕਲ ਜਾਵੇ ਇੱਥੇ ਆ ਕੇ ਬਚਨ ਯਾਦ ਆਉਂਦੇ ਬਾਬਾ ਆਨੰਦ ਸਿੰਘ ਜੀ ਦੇ ਜਿੱਥੇ ਕੁਝ ਸਮਾਂ ਰਹਿਣਾ ਜਾਣ ਲੱਗਿਆ ਕਹਿਣਾ ਅੱਗ ਲਾ ਦਿਓ ਸਾਡੀ ਕੋਈ ਯਾਦ ਨਾ ਰਹਿ ਬੜੀ ਵੱਡੀ ਪੜ੍ਹਾਈ ਹੈ ਨੂਰ ਸ਼ਾਹ ਨੂੰ ਕਹਿੰਦੇ ਬੂਹੇ ਖੋਲਦੇ ਤੇ ਬਾਜ਼ਾਰ 'ਚ ਬੋਲੀ ਜਾ ਜਿਹੜਾ ਲੁੱਟ ਸਕਦਾ ਮੇਰੇ ਘਰ ਨੂੰ ਲੁੱਟ ਲਏ ਆਖੋ ਸਤਨਾਮ ਕੀਤਾ ਸਾਰਾ ਘਰ ਲੁਟਾਤਾ ਕੋਈ ਭਾਂਡੇ ਖੜ ਰਿਹਾ ਕੋਈ ਪਲੰਗ ਖੜ ਰਿਹਾ ਕੋਈ ਸੂਟ ਮਹਿੰਗੇ ਮਹਿੰਗੇ ਖੜ ਰਿਹਾ ਮਹਾਰਾਜ ਨੂੰ ਪਤਾ ਸੀ ਆ ਲੋਈਆਂ ਆ ਸੂਟ ਆ ਕਈ ਕੁਝ ਜਿਹੜਾ ਪਾਪ ਦਾ ਆਇਆ ਇਹਨੇ ਇਹਦਾ ਬੇੜਾ ਤਰਨ ਨਹੀਂ ਦੇਣਾ ਇਹ ਲੁਟਾਤਾ ਜਾਵੇ ਜਿਹੜਾ ਲੈ ਜੂ ਕੁਝ ਸੀਰ ਦਊਗਾ ਲੁਟਾਤਾ ਲੁਟਾਉਣ ਤੋਂ ਬਾਅਦ ਚੌਂਕੜੇ ਵੱਜ ਗਏ ਕੀਰਤਨ ਦੇ ਰੰਗ ਵੱਜ ਗਏ ਗੁਰੂ ਨਾਨਕ ਮਹਾਰਾਜ ਕੁਝ ਸਮਾਂ ਉੱਥੇ ਰਹੇ ਇੰਨੀ ਕਿਰਪਾ ਹੋ ਗਈ ਨੂਰ ਸ਼ਾਹ ਦਾ ਘਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਧਰਮਸਾਲ ਬਣ ਗਿਆ ਗੰਦਮੰਦ ਲੁੱਟਿਆ ਗਿਆ ਉਹ ਘਰ ਧਰਮਸਾਲ ਬਣ ਗਿਆ ਇਹ ਗੁਰੂ ਨਾਨਕ ਲੱਭੇਗਾ ਇੱਕ ਜਾਦੂ ਕਰਨ ਵਾਲੀ ਕਾਲੇ ਇਹਨਾਂ ਵਾਲੀ ਉਹਦਾ ਘਰ ਕੀਰਤਨ ਕਿਵੇਂ ਧਰਮਸਾਲ ਬਣਾ ਦਿੱਤਾ ਅਸਲੀ ਮੰਜ਼ਿਲ ਦੇ ਦਿੱਤੀ
ਗੁਰੂ ਨਾਨਕ ਮਹਾਰਾਜ ਜਦੋਂ ਕੁਝ ਦਿਨਾਂ ਬਾਅਦ ਚੱਲੇ ਅੱਗੇ, ਅਸੀਂ ਅੱਗੇ ਜਾਣਾ, ਸਾਡੀਆਂ ਗਾਂ ਡਿਊਟੀਆਂ ਅੱਗੇ ਜਾਣਾ, ਤੇ ਨੂਰ ਸ਼ਾਹ ਹੱਥ ਜੋੜ ਕੇ ਕਹਿੰਦੀ ਹੈ ਮੈਂ ਰੋਕ ਤੇ ਨਹੀਂ ਸਕਦੀ, ਪਤਾ ਨਹੀਂ ਮੇਰੇ ਵਰਗੀਆਂ ਕਈ ਨੂਰ ਸ਼ਾਹ ਗਲਤ ਲਾਈਨ ਤੇ ਪਈਆਂ, ਤੂੰ ਕਿਨੂੰ ਕਿਨੂੰ ਤਾਰਨਾ, ਮੈਂ ਰੋਕ ਤੇ ਨਹੀਂ ਸਕਦੀ। ਪਰ ਗੁਰੂ ਨਾਨਕ ਸਾਹਿਬ ਇੱਕ ਕਿਰਪਾ ਕਰ ਦਿਓ, ਕੋਈ ਨਿਸ਼ਾਨੀ ਤੇ ਦੇ ਦਿਓ। ਇਹ ਗੁਹਾਟੀ ਦੇ ਕੋਲ ਹੈਗਾ ਜੀ ਜਗ੍ਹਾ, ਕਹਿੰਦੀ ਕੋਈ ਕਿਰਪਾ ਕੋਈ ਨਿਸ਼ਾਨੀ ਤੇ ਦੇ ਦਿਓ। ਤੇ ਕਹਿੰਦੇ ਮਹਾਰਾਜ ਦੇ ਹੱਥ ਵਿੱਚ ਨਾ ਉਸ ਵੇਲੇ ਕੁਦਰਤੀ ਬਰਛਾ ਸੀ, ਬਰਛਾ ਗੁਰੂ ਨਾਨਕ ਸਾਹਿਬ ਨੇ ਉਹ ਬਰਛਾ ਫੜਾਤਾ, ਕਹਿਣ ਲੱਗੇ ਲੈ ਫਿਰ ਇਹ ਸਾਡੀ ਨਿਸ਼ਾਨੀ ਰੱਖ ਲੈ, ਜਦੋਂ ਯਾਦ ਆਵੇ ਆ ਨਿਸ਼ਾਨੀ ਰੱਖ ਲੈ, ਅੱਜ ਉਸ ਜਗ੍ਹਾ ਤੇ ਗੁਰਦੁਆਰਾ ਬਰਛਾ ਸਾਹਿਬ ਹੈ ਜੀ, ਆਖੋ ਸਤਿਨਾਮ। ਔਰ ਇਹ ਬਰਛੇ ਦੇ ਦਰਸ਼ਨ ਕਰਾਏ ਜਾਂਦੇ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਹੱਥਾਂ। ਇਹ ਨੂਰ ਸ਼ਾਹ ਦਾ ਘਰ ਧਰਮ ਸਾਲ ਬਣ ਗਿਆ, ਇਹਨੂੰ ਕੀ ਕਹੋਗੇ? ਗੁਰੂ ਨਾਨਕ ਕਿੰਨਾ ਵੱਡਾ ਹੈ, ਰਿੱਧੀਆਂ ਸਿੱਧੀਆਂ ਸ਼ਕਤੀਆਂ ਤੇ ਕਰਾਮਾਤਾਂ ਵਾਲੇ ਵੀ ਗੁਰੂ ਨਾਨਕ ਅੱਗੇ ਝੁਕੇ ਵੀ, ਤੇ ਅੱਜ ਤੱਕ ਉਹ ਅਸਥਾਨਾਂ ਦੇ ਉੱਤੇ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ। ਆਖੋ ਸਤਿਨਾਮ। ਕੋਈ ਸੰਗਤ ਵਾਂਝੀ ਨਾ ਰਵੇ, ਇੱਕ ਵਾਰੀ ਅੰਦਰੋਂ ਕਹਿ ਦਿਓ ਜੈ ਜੈਕਾਰ ਕਰੇ, ਜੈ ਜੈਕਾਰ ਕਰੇ, ਸਾਰੇ ਕਿਰਪਾ ਕਰਿਓ ਜੀ। ਗੁਰੂ ਨਾਨਕ ਨੂੰ ਕੌਣ ਹੈ ਨਹੀਂ ਜੇ ਲੱਭਣਾ ਗੁਰੂ ਨਾਨਕ ਵਰਗਾ, ਅੱਜ ਮਨ ਵੇਚ ਕੇ ਜਾਇਓ, ਪੜੋ ਸਾਰੇ ਪਿਆਰ ਨਾਲ।